दोस्तों साडे विच बहुत खास शख्सियत बैठे ने मलकीत सिंह जी। मैं हुण उन्हां तों पुछना चाहूँगा कि तुसी हुण तक दी परफॉर्मेंसेस दे बारे की कहना चाहोगे, किस तरह का लग रहा तुहानूं? बहुत बहुत ही बढ़िया मैनू, क्योंकि बहुत प्राउड है बहुत इस गल का कि जो भी फाइनल बच्चे आए है वो बहुत ही, मैं कहना कि एक बहुत ही फाइन जिहड़ी टोन बन के आई है। और मैं गरंटी करदा कि जिहड़े अज बहुत जिवें असीं पहलों पंजाबी गायकी की गल जदों करदे हां कि सिख के आओ जां तुसीं चंगे तरीके नाल गाओ, बहुत सारे चंगे चंगे आर्टिस्टां नालों भी वधिया बच्चे गा रहे ने। और मैं उन्होंने बहुत परमात्मा अगे दुआ करदा कि इन्हां नूं बहुत अगे तरक्कियां बख्शे और चंगी गायकी लै के साडे ਪੰਜਾਬੀ ਵਿੱਚ ਆਉਣ ਤਾਂ ਕਿ ਦੇਸ਼ ਵਿਦੇਸ਼ ਵਿੱਚ ਸਾਡਾ ਸਿਰ ਮਾਣ ਸਤਿਕਾਰ ਨਾਲ ਹੋਰ ਵੱਧ ਸਕੇ, ਉੱਚਾ ਹੋ ਸਕੇ। ਥੈਂਕ ਯੂ ਸੋ ਮਚ ਜੀ, ਜ਼ੋਰਦਾਰ ਤਾਲੀਆਂ ਜੀ ਮਲਕੀਤ ਸਿੰਘ ਜੀ ਦੇ ਲਈ। ਸੋ ਜ਼ੋਰਦਾਰ ਤਾਲੀਆਂ ਨਾਲ ਅਸੀਂ ਇੱਥੇ ਬੁਲਾਵਾਂਗੇ ਕੋਟਕਪੂਰੇ ਸ਼ਹਿਰ ਦਾ ਮੁੰਡਾ ਦਰਸ਼ਨਜੀਤ ਸਿੰਘ। ਉਹਦਾ ਰੱਬ ਨਹੀਂ ਰੁੱਸਦਾ ਸੋ ਰੱਬ ਦੀ ਜਿਹਨੂੰ ਯਾਰ ਮਨਾਉਣ ਦਾ ਚੱਜ ਹੋਵੇ ਹੋਏ ਉਹਨੂੰ ਲੋੜ ਕੀ ਕਾਸ਼ੀ ਕਾਬਿਆਂ ਦੀ ਜਿਹਦਾ ਯਾਰ ਨੂੰ ਵੇਖਿਆ ਹੱਜ ਹੋਵੇ ਹਾਜੀ ਲੋਕ ਮੱਕੇ ਵੱਲ ਜਾਂਦੇ ਮੇਰਾ ਰਾਂਝਣ ਮਾਹੀ ਮਕਾਨੀ ਮੈਂ ਕਿਹਨੂੰ ਆਖਾਂ ਵਿਛੜਿਆ ਯਾਰ ਮਿਲਾ ਦੇ ਨਿਯਮੀਏ ਨਾ ਕਰ ਇਹਨਾਂ ਧੱਕਾ ਨੀ ਮੈਂ ਕਿਹਨੂੰ ਆਖਾਂ ਡੋਰੀ ਰੰਗਲੀ ਮਥਾਣੀ ਬਾਵਾਂ ਡੋਰੀਆਂ ਮੇਰੇ ਹਿੱਕ ਉੱਤੇ ਚੱਲਦੀਆਂ ਛੁਰੀਆਂ ਡੋਰੀ ਰੰਗਲੀ ਮਥਾਣੀ ਬਾਵਾਂ ਡੋਰੀਆਂ ਹੋ ਮੇਰੇ ਹਿੱਕ ਉੱਤੇ ਚੱਲਦੀਆਂ ਛੁਰੀਆਂ ਸਵੇਰੇ ਜਦੋਂ ਸਵੇਰੇ ਜਦੋਂ ਸਵੇਰੇ ਜਦੋਂ ਦੁੱਧ ਰਿੜਕਾ ਸੋਹਣਾ ਯਾਰ ਨਾ ਗਲੀ ਦੇ ਵਿੱਚੋਂ ਲੰਘ ਜੇ ਮੈਂ ਸਾਰਾ ਦਿਨ ਲੈਂਦੀ ਬਿੜਕਾ ਬਾਕਮਾਲ ਗਾਇਆ। ਅੱਗੇ ਉਮੀਦ ਕਰਦੇ ਹਾਂ ਹੋਰ ਵੀ ਅੱਛਾ ਗਾਉਣਗੇ, ਸਾਡੀਆਂ ਦੁਆਵਾਂ
ਸਾਡੀਆਂ ਬੈਸਟ ਵਿਸ਼ੇਸ ਇਹਨਾਂ ਦੇ ਨਾਲ ਨੇ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਸੋ ਮਚ ਸਲੀਮ ਜੀ ਤੇ ਹੁਣ ਵਾਰੀ ਹੈ ਅਗਲੀ ਪਰਫਾਰਮੈਂਸ ਦੀ ਤੇ ਹੁਣ ਮੈਂ ਸੱਦਾ ਦੇਣ ਜਾ ਰਹੀ ਹਾਂ ਸਟੇਜ ਤੇ ਬਹੁਤ ਹੀ ਸੋਹਣੀ ਜੀ ਮੁਟਿਆਰ ਨੂੰ ਜੋ ਕਿ ਬਹੁਤ ਹੀ ਪਿਆਰੀ ਸਿੰਗਰ ਵੀ ਹੈ ਤੁਹਾਡੀ ਫੇਵਰੇਟ ਤੁਹਾਡੀ ਆਪਣੀ ਜ਼ੋਰਦਾਰ ਤਾਲੀਆਂ ਨਾਲ ਸਵਾਗਤ ਕਰੋ ਗੁਰਦਾਸਪੁਰ ਸ਼ਹਿਰ ਦੀ ਨਿਮਰਤਪਾਲ ਕੌਰ ਦਾ ਤੇ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਜਿਵੇਂ ਪਰਫਾਰਮੈਂਸਿਸ ਹੋ ਰਹੀਆਂ ਨੇ ਉਵੇਂ ਉਵੇਂ ਕੰਪੀਟੀਸ਼ਨ ਟਫ ਹੁੰਦਾ ਜਾ ਰਿਹਾ ਸੋ ਸਾਡੇ ਸਾਰੇ ਕੰਟੈਸਟੈਂਟ ਬੈਕ ਟੂ ਬੈਕ ਪਰਫਾਰਮੈਂਸਿਸ ਦੇ ਰਹੇ ਨੇ ਤੇ ਇਸ ਕੰਪੀਟੀਸ਼ਨ ਨੂੰ ਹੋਰ ਵੀ ਟਫ ਕਰ ਰਹੇ ਨੇ ਤੇ ਚੱਲ ਰਿਹਾ ਚੁਆਇਸ ਰਾਊਂਡ ਤੇ ਹੁਣ ਵੇਲਾ ਹੈ ਚੁਆਇਸ ਰਾਊਂਡ ਦੀ ਲਾਸਟ ਪਰਫਾਰਮੈਂਸ ਦਾ ਹਾਂਜੀ ਬੁਲਾਈਏ ਜੀ ਲਾਸਟ ਕੰਟੈਸਟੈਂਟ ਬੁਲਾਈਏ ਸੋ ਦੋਸਤੋ ਹੁਣ ਵੇਲਾ ਹੈ ਚੁਆਇਸ ਰਾਊਂਡ ਦੀ ਲਾਸਟ ਪਰਫਾਰਮੈਂਸ ਦਾ ਤੇ ਇਹ ਫਿਰੋਜ਼ਪੁਰ ਦਾ ਮੁੰਡਾ ਜਿਹਨੂੰ ਪਿਆਰ ਨਾਲ ਬਿੱਲਾ ਵੀ ਕਹਿੰਦੇ ਨੇ ਜੀ ਹਾਂ ਦੋਸਤੋ ਜ਼ੋਰਦਾਰ ਤਾਲੀ ਨਾਲ ਅਸੀਂ ਸਵਾਗਤ ਕਰਾਂਗੇ ਅਨੰਤਪਾਲ ਸਿੰਘ ਦਾ ਹੋ ਯਾਰਾਂ ਨਾਲ
ने तेरी मेरी एक जिंदड़ी वे सजना तेरी मेरी एक जिंदड़ी अनंत पाल।